ਸ਼ਰਤਾਂ ਜਿਹੜੀ ਹੁੰਦੀ ਹੈ ਨੌ ਰਸ ਦੀ ਹੁੰਦੀ ਹੈ। ਇੱਕ ਤਾਂ ਬਰਾਗ ਰਸ ਹੁੰਦਾ, ਇੱਕ ਸ਼ਿੰਗਾਰ ਰਸ ਹੁੰਦਾ, ਇੱਕ ਕਰਨਾ ਰਸ ਹੁੰਦਾ। ਜਿਹੜਾ ਕਰਨਾ ਰਸ ਹੁੰਦਾ ਇਹ ਨਾ ਕਿਸੇ ਨੂੰ ਫਲ ਸੁਣਨ ਵਾਲੇ ਨੂੰ ਨਾ ਸੁਣਾਉਣ ਵਾਲੇ ਨੂੰ, ਇਹ ਕਰਨਾ ਦਾ ਹੀ ਰਸ ਹੁੰਦਾ। ਨੌ ਰਸ ਦੀ ਕਵਿਤਾ ਜਿਹੜਾ ਕਿ ਵੀਰ ਰਸ ਹੈ, ਇਹ ਵੀ ਇੱਕ ਨੌ ਰਸਾਂ ਦੇ ਵਿੱਚੋਂ ਇੱਕ ਰਸ ਹੈ ਕਵਿਤਾ ਦਾ। ਸੋ ਆਪਨੇ ਇਹ ਨੌ ਰਸ ਦੀ ਕਵਿਤਾ ਸਫਲ ਕੀਤੀ, ਜਿਹੜੀ ਕਿ ਨੌ ਰਸ ਕਵਿਤਾ ਦੇ ਦੇਣੇ, ਇਹ ਵੀ ਇੱਕ ਬਹੁਤ ਉੱਚੀ ਤੇ ਪੂਰਨ ਗੁਰੂ ਦੀ ਕਿਰਪਾ ਹੋਵੇ ਕੋਈ ਨਾ ਕੋਈ ਰਸ ਦੇਣਾ। ਸੋ ਇਹਨਾਂ ਨੇ ਵੀਰ ਰਸ ਦੀ ਤੁਹਾਨੂੰ ਕਵਿਤਾ ਸੁਣਾਈ, ਇੱਕ ਜਿਹੜਾ ਸਤਿਗੁਰੂ ਦੇ ਜਸ ਚਰਨ ਕਮਲਾਂ ਵਿੱਚ ਬੈਠ ਕੇ ਸੁਣਨਾ, ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੋ ਸਾਰੀਆਂ ਗੁਰਸੰਗਤਾਂ ਗੁਰੂ ਚਰਨਾਂ ਦਾ ਧਿਆਨ ਧਰ ਕੇ ਬੁਲਾਓ, ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਸੋ ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਨੇ ਵੀ ਪਿਆਰੋ ਤੁਹਾਨੂੰ ਵੀਰ ਰਸ ਦਾ ਪ੍ਰਸੰਗ ਸੁਣਾਇਆ। ਤੇ ਮੈਂ ਰਸਤੇ ਦੇ ਵਿੱਚ ਜਗਜੀਤ ਸਿੰਘ ਜੀ ਹੋਰਾਂ ਨੂੰ ਮਿਲਿਆ, ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਦਾ ਯਾਰ ਕੋਈ ਸਤਸੰਗ ਦਾ ਹੀ ਨਜ਼ਾਰਾ ਲੈਣਾ ਹੈ, ਕਿਉਂਕਿ ਲੋਕਾਂ ਨੂੰ ਸੰਗ ਹੈ ਜੋ ਸੰਗਤ, ਇਹ ਇੱਕ ਉੱਤਮ ਚੀਜ਼ ਹੈ। ਸਤਸੰਗ ਦੇ ਵਿੱਚੋਂ ਨੌ ਪ੍ਰਕਾਰ ਦੀ ਭਗਤੀ ਮਿਲਦੀ ਹੈ। ਆਪਾਂ ਜਿਹੜੀ ਅੱਜ ਸੁਣਦੇ ਹਾਂ ਇਹ ਇੱਕ ਭਗਤੀ ਹੈ, ਤੇ ਇੱਕ ਰਸ਼ਨਾ ਪਵਿੱਤਰ ਕਰਨੀ ਹੈ, ਇੱਕ ਬੰਧਨਾ ਭਗਤੀ ਹੈ। ਨੌ ਪ੍ਰਕਾਰ ਦੀ ਭਗਤੀ ਹੈ, ਨੌ ਰਸਾਂ ਦੀ ਕਵਿਤਾ। ਸੋ ਆਪਨੇ ਇਹ ਸਰਵਣ ਕੀਤੀ, ਅਸੀਂ ਤੁਹਾਡੇ ਚਰਨਾਂ 'ਚ ਜਿਹੜਾ ਪ੍ਰਸੰਗ ਪੇਸ਼ ਕਰਨਾ ਜੀ, ਬਰਾਗ ਰਸ ਦਾ ਹੈ। ਇਹ ਇੱਕ ਆਪਣੇ ਇਲਾਕੇ ਦਾ, ਆਪਣੇ ਏਰੀਏ ਦਾ ਪ੍ਰਸੰਗ ਹੈ। ਬਈ ਕੋਈ ਵੀ ਜਿਹੜੀ ਲੜਕੀ ਦੇ ਪੱਲੇ ਧਰਮ ਹੈ, ਇਮਾਨ ਹੈ, ਗਿਆਨ ਸਤਸੰਗ ਹੈ, ਉਹਨੇ ਤੇ ਭਾਵੇਂ ਕਿੰਨੀ ਵੀ ਮੁਸੀਬਤ ਬਣ ਜੇ ਆ ਕੇ, ਪਰ ਉਹ ਆਪਦੇ ਸਿਰਖ ਤੋਂ ਡੋਲਦੇ ਨੇ, ਉਹ ਇੱਕ ਤਾਂ ਅਸਥਿਰ ਰਹਿੰਦੇ ਆ। ਇਸ ਮਿਸ਼ਨ ਦੀ ਕਵਿਤਾ ਆਪਾਂ ਤੁਹਾਡੇ ਚਰਨਾਂ 'ਚ ਅੱਜ ਪੇਸ਼ ਕਰਨੀ ਹੈ। ਪਹਿਲੀ ਕਵਿਤਾ ਇੱਕ ਸੁਣੋ, ਬਈ ਇਹ ਜਗਤ ਮੁਸਾਫਰ ਖਾਨਾ ਹੈ, ਇਹਦੇ ਵਿੱਚ ਆਪਾਂ ਆਏ ਹੈ। ਆਪਾਂ ਨੂੰ ਸੰਤ ਮਹਾਂਪੁਰਸ਼ ਪੂਰਨ ਜੋਤਾ ਗਿਆਨ ਦਾ ਉਪਦੇਸ਼ ਦਿੰਦੀਆਂ, ਭਾਈ ਸਤਸੰਗ ਕਰ, ਇਹ ਗੁਰਬਾਣੀ ਦੇ ਮਿਸ਼ਨ ਤੇ ਚੱਲ ਕੇ ਤੂੰ ਗੁਰੂ ਦੇ ਨਾਲ ਜੁੜ ਜਾ। ਜਿਹੜੀ ਗੁਰਬਾਣੀ ਹੈ ਗੁਰੂ ਦੇ ਮੁਖ 'ਚੋਂ ਪੈਦਾ ਹੋਈ, ਇਹਦੇ ਨਾਲ ਜੁੜਨਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ। ਸੋ ਕਵਿਤਾ ਸੁਣੋ, ਵੀ ਬਣ ਸੇਵਕ ਸਤਿਗੁਰ ਦਾ, ਮਨਾਇਓ ਕਹਿੰਦੀ ਹੈ ਗੁਰਬਾਣੀ। ਇਹ ਕਵਿਤਾ ਦੇ ਵਿੱਚ ਇਸ ਪ੍ਰਸੰਗ ਦਾ ਇੱਕ ਪ੍ਰਮਾਣ ਆਉਂਦਾ, ਇੱਥੋਂ ਇਸ ਕਰਕੇ ਕਵਿਤਾ ਸ਼ੁਰੂ ਕੀਤੀ ਹੈ। ਕਵਿਤਾ ਸੁਣੋ, ਵੀ ਬਣ ਸੇਵਕ ਸਤਿਗੁਰ ਦਾ, ਮਨਾਇਓ ਕਹਿੰਦੀ ਹੈ ਗੁਰਬਾਣੀ। ਨੀਮ ਮਨ ਨੂੰ ਨਹੀਂ ਪਰਮਾਸਿਆਂ ਦਾ, ਜਿੰਨਾ ਚਿਰ ਨਾ ਹੋਵੇ ਦੀਦਾਰ ਤੇਰਾ, ਤੇਰੀ ਤਾਰ ਦੇ ਲੈਣ ਵੀ ਚੈਨ ਪਾਉਂਦੇ, ਹੱਥੋਂ ਪੈਰ ਰਹਿੰਦਾ ਇੰਤਜ਼ਾਮ ਤੇਰਾ, ਨਾ ਆਪ ਆਏ ਨਾ ਸੰਦੇਸ਼ ਆਇਆ, ਅਸੀਂ ਉਡੀਕਦੇ ਕੌਣੇ ਇਕਰਾਰ ਤੇਰਾ, ਤੇਰੀ ਪੂਜਾ ਦੀ ਲੋੜ ਦਰਬਾਰ ਸਿੰਘਾ, ਪਤਾ ਲੱਗੇ ਨਾ ਕੀ ਵਿਚਾਰ ਤੇਰਾ, ਜਿਵੇਂ ਬੁਲਾਵੇ ਬੋਲੀਏ ਤੇਰੇ ਬਸ ਭਗਵਾਨ, ਦੇਹੋ ਉਸਤੀ ਆਪਣੀ ਏ ਸਤਿਗੁਰ ਜਪਾਨ, ਜੋ ਸਾਗਰ ਨੀਰ ਭਰਿਆ ਔਗਣ ਵਿੱਚ ਹਮਾਰੇ, ਦਿਆ ਕਰੋ ਮਿਹਰ ਪਾਵੋ ਪਾਤਸ਼ਾਹ ਡੁੱਬਦੇ ਪੱਥਰ ਤਾਰੇ, ਉਹ ਸੁਣੋ ਖਾਲਸਾ ਜੀ ਸਾਡੇ ਸਤਿਗੁਰ ਦਾ ਜੋ ਕਹਿਣਾ, ਇਹ ਝੂਠੀ ਦੁਨੀਆਂ ਤੇ ਮਨਾ ਤਾਂ ਬਣ ਸਦਾ ਨੀ ਰਹਿਣਾ, ਉਹ ਸਭ ਅਜਰ ਅਮਰ ਹੋ ਗਏ ਸੁਣ ਲਈ ਜਿੰਨਾ ਅੰਮ੍ਰਿਤ ਹੈ, ਪਰ ਸੇਵਕ ਸਤਿਗੁਰ ਦਾ ਮਨਾਇਆ ਕਹਿੰਦੀ ਏ ਗੁਰਬਾਣੀ। ਉਹ ਸਿੰਘ ਮਤੀ ਦਾਸ ਪਰ ਗਏ ਜਿਨ੍ਹਾਂ ਦੇ ਚੱਲੇ ਸੀਸ ਤੇ ਆਰੇ, ਅੱਜ ਸੀਸਨ ਮਾਉਂਦੇ ਨੇ ਰੋਸ਼ਨ ਚੰਦ ਸੂਰਜ ਦੇ ਤਾਰੇ, ਮੈਂ ਬਰਮਾ ਵਿਸ਼ਨੂੰ ਤੋਂ ਜਿਨ੍ਹਾਂ ਦਾ ਜਸ ਗਾਉਂਦੀ ਚੌਖਾਣੀ, ਪਰ ਸੇਵਕ ਸਤਿਗੁਰ ਦਾ ਮਨਾਇਆ ਕਹਿੰਦੀ ਏ ਗੁਰਬਾਣੀ। ਇੱਕ ਮਾਹੀ ਪਾਗੋ ਸੀ ਜਿਸਨੇ ਪੂਰਸ ਕੀਲੋ ਚਾੜਿਆ, ਕਾਗਜ਼ ਪਾਦਾ ਵੇਦਾ ਜਿਹੜਾ ਦਸਮ ਗੁਰਾਂ ਨੇ ਪਾੜਿਆ, ਅੰਨ ਉਹਨਾਂ ਮਾਈਆਂ ਦੇ ਜਿਨ੍ਹਾਂ ਨੇ
ਸਤ ਸਹਿਬ ਕਰ ਬੀਬੀ ਜਿਸ ਨੇ ਰੰਗੜੇ ਡਾਤੇ ਸਾਰੇ ਇੱਕ ਜੀਤ ਕਰ ਹੋਈ ਜਿਹੜੀ ਮਾਰੇ ਬਰ ਮਨ ਜਾਰੇ ਇੱਕ ਕੌਲਾ ਕਾਜੀ ਦੀ ਜਿਸ ਨੇ ਪੁੱਤ ਜੜਿਆ ਨਰ ਮਾਰੀ ਬਰ ਸੇਰ ਸਤਗੁਰ ਦਾ ਮਨਾਇਆ ਕਹਿੰਦੀ ਇਹ ਗੁਰਬਾਣੀ ਇਹ ਬਾਣੀ ਸਚਖੰਡ ਦੀ ਜਿਹੜੀ ਸਭ ਦੇ ਕਸ਼ਟਨ ਮਾਰੇ ਸਾਰੀ ਗੁਰ ਸੰਗਤ ਹੀ ਨਾਵੋ ਗੁਰੂ ਨਾਨਕ ਦੇ ਨਾਰੇ ਹੋਇਆ ਸ਼ਹਿਰ ਬਰਾੜ ਕਹੇ ਪਾਣੀ ਹੈ ਅੰਮ੍ਰਿਤ ਦੀ ਖਾਣੀ ਬਣ ਸੇਵਕ ਸਤਗੁਰ ਦਾ ਮਨਾਇਓ ਕਹਿੰਦੀ ਹੈ ਗੁਰਬਾਣੀ ਜਿਹੜੇ ਸਤਿਗੁਰੂ ਦੇ ਚਰਨ ਕਮਲਾਂ ਵਿੱਚ ਲੱਗ ਜਾਂਦੇ ਆ ਉਹ ਸਤਿਗੁਰੂ ਦੇ ਬਣ ਜਾਂਦੇ ਆ ਭਾਵੇਂ ਉਹਨਾਂ ਨੂੰ ਚਰਖੜੀਆਂ ਤੇ ਆਪਦਾ ਜਿਸਮ ਤੈ ਚੜਾਉਣਾ ਪਵੇ ਉਹ ਫੇਰ ਵੀ ਕਹਿੰਦੇ ਵੀ ਤੇਰੀ ਰਜ਼ਾ ਚ ਅਸੀਂ ਖੁਸ਼ ਹੈ ਜਿਹੜੇ ਉਹਦੀ ਰਜ਼ਾ ਚ ਰਾਜੀ ਰਹਿੰਦੇ ਆ ਉਹ ਭਾਵੇਂ ਕਿਤੇ ਵੀ ਹੋਣ ਸਤਿਗੁਰੂ ਉਹਨਾਂ ਦੇ ਵੀ ਅੰਗ ਸੰਗ ਰਹਿੰਦਾ ਆਪਣਾ ਸਿਰ ਪੱਧਾ ਘੰਟਾ ਰਹਿ ਗਿਆ ਮੈਂ ਤੁਹਾਡੇ ਚਰਨਾਂ ਚ ਇੱਕ ਦੋ ਕੁ ਮਿੰਟ ਬੇਨਤੀ ਕਰਾਂ ਇਤਿਹਾਸ ਜਿਹੜਾ ਤਾਂ ਮਹਿਤਿਆ ਨੇ ਗਿਆ ਉਹਨੂੰ ਤਾਂ ਤਕਰੀਬਨ ਪਤਾ ਹੀ ਹੋਊਗਾ ਇਸ ਗੱਲ ਦਾ ਤੇ ਆਮ ਇਤਿਹਾਸ ਇਹ ਕੋਈ ਕਵੀ ਘੱਟ ਹੀ ਸੁਣਾਉਂਦੇ ਆ ਇਹ ਪ੍ਰਸੰਗ ਦਾ ਇਹ ਮਿਸ਼ਨ ਹੈ ਵੀ ਜਿਹੜੀਆਂ ਲੜਕੀਆਂ ਅੱਜ ਤੋਂ 300 ਸਾਲ ਪਹਿਲਾਂ ਬਈ ਲੜਕੀਆਂ ਕੁਆਰੀ ਲੜਕੀ ਨਾ ਤਾਂ ਕੰਨ ਬਹਿੰਦੀ ਸੀ ਤੇ ਨਾ ਨੱਕ ਬਹਿੰਦੀ ਸੀ ਇੱਕ ਯਾਲਮ ਸੂਬਾ ਹਿੰਦੁਸਤਾਨ ਦੇ ਸੂਬਿਆਂ ਵਿੱਚੋਂ ਪੰਜਾਬ ਸੂਬਾ ਸੋਨੇ ਦੀ ਚਿੜੀ ਕਹਿ ਕੇ ਮੁਗਲਾਂ ਦਾ ਰਾਜ ਹੋਇਆ ਭਾਰਤ ਦੇ ਉੱਤੇ ਤੇ ਇੱਕ ਹਿੰਦੁਸਤਾਨ ਦੇ ਪੰਜਾਬ ਦਾ ਅੰਗ ਜਿਹੜਾ ਹਿੰਦੁਸਤਾਨ ਦਾ ਅੰਗ ਪੰਜਾਬ ਸੂਬਾ ਇਹ ਲਾਹੌਰ ਦੀ ਗੱਦੀ ਤੇ ਮੀਰ ਮੰਨੂ ਬੈਠਾ ਤੁਹਾਨੂੰ ਪਤਾ ਇਸ ਗੱਲ ਦਾ ਬਹੁਤ ਸਾਰੀ ਸੰਗਤ ਲਈ ਜਗ ਖੇਤਰ ਦਾਨ ਕਰਕੇ ਗਏ ਪ੍ਰੀਤਮ ਸਿੰਘ ਮੋਹਲੀ ਵਾਲਾ ਵੀ ਜੋ ਚੱਕੀ ਦੀ ਸੇਵਾ ਕਰਦਾ ਸਾਡੇ ਹੈਡ ਗ੍ਰੰਥੀ ਗੁਰਚਰਨ ਸਿੰਘ ਜੀ ਹੋਰ ਬਹੁਤ ਸਾਰੀਆਂ ਸੰਗਤਾਂ ਨੇ ਜਗ ਖੇਤਰ ਚ ਹਿੱਸਾ ਪਾਇਆ ਸਤਿਗੁਰੂ ਜੀ ਪ੍ਰਵਾਨ ਕਰਨ ਉਹ ਮੀਰ ਮੰਨੂ ਜਦੋਂ ਗੱਦੀ ਤੇ ਬੈਠਾ ਤੇ ਉਹਨੇ ਇੱਕ ਐਲਾਨ ਕਰਤਾ ਵੀ ਮੈਂ ਸਿੱਖਾਂ ਦਾ ਨਿਸ਼ਾਨ ਜੱਗ ਚੋਂ ਖਤਮ ਕਰ ਦੂੰਗਾ ਉਹ ਇਸ ਗੱਲ ਤੇ ਤੁਰ ਪਿਆ ਉਹਨੇ ਦੱਸਿਆ ਬਈ ਸਿੱਖਾਂ ਦੇ ਸਿਰਾਂ ਦੇ ਇਹ ਮੁੱਲ ਧਰੇ ਉਹ ਮਿਸ਼ਨ ਚੱਲਦਾ ਤੁਰਿਆ ਆ ਤੇ ਇੱਕ ਦਿਨ ਮੀਰ ਮੰਨੂ ਦੇ ਮਨ ਚ ਆਇਆ ਮਨਾ ਬਈ ਆਮ ਇਸਲਾਮ ਧਰਮ ਵਾਲੇ ਕਹਿੰਦੇ ਜੇ ਇੱਕ ਬੰਦਾ ਇਸਲਾਮ ਧਰਮ ਦੇ ਵਿੱਚ ਲਿਆ ਜਾਵੇ ਨਾ ਦੂਜੇ ਮਜ਼ਹਬ ਚੋਂ ਪ੍ਰੇਰ ਕੇ ਤੇ ਉਹਨੂੰ ਜਿਹੜਾ ਖੁਦਾ ਹੈ 10 ਹੂਰਾਂ ਦਿੰਦਾ ਸੁਰਗ ਦੇ ਵਿੱਚ 10 ਹੂਰਾਂ ਤਾਂ ਉਹ ਕਹਿੰਦਾ ਵੀ ਆਪਾਂ ਜੇ ਸਾਰੇ ਪੰਜਾਬ ਨੂੰ ਕਾਬੂ ਕਰ ਲਿਆ ਤੇ ਆਪਣੇ ਤਾਂ ਗਿਣਤੀ ਨੀ ਰਹਿਣੀ ਹੂਰਾਂ ਦੀ ਮਾਲਕੀ ਬਣ ਜਾਂਗੇ ਸਾਰੇ ਮੁਲਕ ਦਾ ਉਹ ਫਿਰ ਮੀਰ ਮੰਨੂ ਇੱਕ ਹੁਕਮ ਕਰਦਾ ਲਾਹੌਰ ਦੇ ਜਿਹੜੇ ਸੂਬੇਦਾਰ ਛੋਟੇ ਰਿਆਸਤਾਂ ਦੇ ਰਾਜੇ ਸਾਰਿਆਂ ਨੂੰ ਇਕੱਠੇ ਕਰਕੇ ਕਹਿੰਦਾ ਉਹ ਰਜਵਾੜਿਓ ਮੈਂ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੱਸਦੇ ਆ ਹਿੰਦੂ ਵੱਸਦੇ ਆ ਮੈਂ ਦੇਖਣਾ ਨੀ ਚਾਹੁੰਦਾ ਤੇ ਸਾਰਿਆਂ ਦੇ ਸਿਰ ਵੱਢ ਵੱਢ ਕੇ ਮੇਰੇ ਕੋਲੇ ਲਈ ਆਓ ਨਾਮ ਲੈ ਲਓ ਉਹ ਨਾਮ ਲੋਕਾਂ ਨੇ ਦੱਸਿਆ ਵੀ ਉਹ ਜਵਾਨੇ ਚ ਉਹ ਲੜਕੀਆਂ ਦੇ ਸਿਰ ਵੱਢ ਲਿਆ ਕਰਨ ਬਹਿ ਲਿਆ ਕਰਨ ਮਹਾਰਾਜ ਇਹ ਪਚੰਗੀ ਹੈ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਕੁੜੀਆਂ ਦੇ ਸਿਰ ਲਈ ਆਉਂਦੇ ਆ ਵੀ ਪਚੰਗੀ ਕਹਿ ਦਿੰਦੇ ਆ ਉਹਨੇ ਫਿਰ ਐਲਾਨ ਕਰਤਾ ਵੀ ਪੰਜਾਬ ਦੀਆਂ ਲੜਕੀਆਂ ਸਾਰੀਆਂ ਆਪਦੇ ਨੱਕ ਕੰਨ ਬਿੰਨੋ ਉਹਨੇ ਕੀਤਾ ਸੀ ਐਲਾਨ ਤਾਂ ਦੱਸਿਆ ਬਾਅਦ ਦੇ ਵਿੱਚ ਮੀਰ ਮੰਨੂ ਹਿੰਦੁਸਤਾਨ ਦੀ ਕਿ ਇੱਕ ਧਰਮ ਕਹਿੰਦਾ ਨਾ ਚਾਰੇ ਕੁੰਭ ਚੰਗੇ ਲੱਗਦੇ ਆ ਨਾ ਭਗਵਤ ਚੰਗਾ ਲੱਗਦਾ ਨਾ ਗੁਰੂ ਗ੍ਰੰਥ ਸਾਹਿਬ ਚੰਗਾ ਲੱਗਦਾ ਕਹਿੰਦਾ ਸਾਰੇ ਇਸਲਾਮ ਹੋਊਗਾ ਇਹ ਛੰਦ ਦੀ ਟੇਕ ਆ ਵੀ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਹੈ ਬਈ ਇਹ ਜਾਲਮ ਹੰਕਾਰੀ ਹੋ ਕੇ ਹਿੰਦੁਸਤਾਨ ਦੇ ਲੋਕਾਂ ਤੇ ਇੱਕ ਕਰੋਪੀ ਕਰਦਾ ਸੁਣੋ ਭਲਾ ਵੀ ਕਿਵੇਂ ਲਾਲ ਕਰਦਾ ਕਾਤਲ ਹੋ ਆਇਆ ਸੀ ਵਸਦਾ ਸੀ ਮੁਲਖ ਅਮਰ ਸੇ ਬਲਵਾ ਕਰਵਾਇਆ ਸੀ ਸੂਬਾ ਲਾਹੌਰ ਸੱਜ ਕੇ ਇਕਦਮ ਸਮਝ ਆਇਆ ਸੀ ਕਰਨਾ ਇੱਕ ਹੁਕਮ ਦਾ ਬਬਲਕ ਤੇ ਯਾਰੀ ਹੈ ਤੁਰਕਾਂ ਨੇ ਦੇਗ ਹਿੰਦ ਦੇ ਸੀਨੇ ਵਿੱਚ
ਕਹਨੇ ਤੇਗ ਹੰਦਰੇ ਹਾਲਤ ਇੱਕ ਸਭਾ ਪੂਛਣਾ ਰਚ ਕੇ ਦਸਲਾਮਾ ਮੈਂ ਭਾਵੀ ਨਾ ਰੋਕੀ ਰੱਖਦੀ ਬੇਦਾ ਚੋਰ ਪਾਵਾ ਮੈਂ ਬਣ ਗਈ ਪੰਜਾਬ ਇਲਾਕੇ ਬਾਕੇ ਫਰਮਾਵਾ ਮੈਂ ਝੰਡਾ ਫੜ ਲਾਲ ਝੂਲਦਾ ਦੁਸ਼ਮਣ ਹੰਕਾਰੀ ਆ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਆ ਤੁਰਕਾਂ ਨੇ ਤੇਗ ਹਿੰਦ ਦੇ ਮੈਨੂੰ ਇੱਕ ਅਮੀਰ ਬਾਦਸ਼ਾਹ ਕਾਤਲ ਹੋ ਆਇਆ ਸੀ ਵਸਦਾ ਸੀ ਮੁਲਖ ਅਮਨ ਸੇ ਬਲਵਾ ਕਰਵਾਇਆ ਸੀ ਸੂਬਾ ਲੋੜ ਛੱਡ ਕੇ ਇਕਦਮ ਸਮਝਾਇਆ ਸੀ ਕਰਨਾ ਇੱਕ ਹੁਕਮ ਬਣਦਾ ਬਬਲਕ ਤਿਆਰੀ ਆ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਆ ਤੁਰਕਾਂ ਨੇ ਤੇਗ ਹਿੰਦ ਦੇ ਸਤਲੁਜ ਤੇ ਪਿਆਸਾ ਅੰਦਰ ਜਿਤਨੇ ਨਰ ਖਾਨ ਜੀ ਕਰਨਾ ਗਰਫਦਾਰ ਸਦੀ ਕੋ ਆਖਤ ਇਸਲਾਮ ਜੀ ਕਰਨੇ ਸਭ ਪੇਸ਼ ਹਮਾਰੇ ਮਜਮਾ ਦੀ ਲਾਮ ਜੀ ਖੰਜਰ ਦੇ ਕਾਟ ਉਤਾਰੋ ਜਿਤਨੇ ਨਰ ਨਾਰੀ ਆ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਆ ਤੁਰਕਾਂ ਨੇ ਤੇਗ ਹਿੰਦ ਦੇ ਕਾਤਲ ਗੜ ਖੋਰਾਂ ਅੰਦਰ ਜਾ ਕੇ ਸਭ ਘੇਰ ਦਿਓ ਪੀਸਣ ਨੂੰ ਮਰ ਪਰ ਪੱਕਾ ਕੱਚਾ ਦੇ ਸਿਰ ਦਿਓ ਝਾੜੀ ਦੇ ਪੈਰਾਂ ਵਾਂਗੂ ਧੜ ਤੋਂ ਸਿਰ ਫੇਰ ਦਿਓ ਪਾਪੀ ਨੇ ਹੁਕਮ ਚਲਾਤਾ ਸੱਚਾ ਸਰਕਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਓ ਸਿੱਖੀ ਦਰ ਸੁਪਨਾ ਦੇਣੀ ਪਾਰੀ ਨਾ ਜਾਊਗੀ ਸਿੱਖੀ ਦਰ ਸੁਪਨਾ ਦੇਣੀ ਪਾਲੀ ਨਾ ਜਾਊਗੀ ਕਰਮਾ ਸਭ ਪਾਕ ਪਤਾ ਸਿਓ ਜਿਉਂਦੀ ਸਰ ਜਾਊਗੀ ਮੱਕੇ ਦੇ ਹੱਜ ਕਰਵਾਉਣੇ ਕਿਆਮਤ ਕਰ ਆਊਗੀ ਝੰਡਾ ਇਸਲਾਮੀ ਇੱਕ ਦਿਨ ਕਰਨਾ ਗੁਲਨਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਐ ਜ਼ਾਲਮ ਨੇ ਤੇਗ ਹਿੰਦ ਦੇ ਤਿੱਤਾ ਤੇ ਸੰਗ ਜਨੇਊ ਰਹਿ ਜੇ ਨਾ ਦੇਸ਼ ਵਿਖੇ ਅੱਖੀ ਨਾ ਪਾਇਆ ਰੜ ਕੇ ਹਿੰਦੂ ਦੇ ਰੇਸ਼ ਵਿਖੇ ਹਿੰਦੂਆਂ ਦਾ ਪੁੱਖ ਮਨ ਖਾਲੇ ਦੇਵੇ ਨਾ ਦੇਸ਼ ਵਿਖੇ ਅੱਗੇ ਹਥਿਆਰ ਖੜਾ ਦੇ ਮਰਜ਼ੀ ਹੰਦਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਓ ਗੰਗਾ ਤੇ ਰਿਸ਼ੀ ਪਵਾ ਲੰਕਾ ਰਾਮੇਸ਼ਰ ਜੀ ਗੰਗਾ ਤੇ ਰਿਸ਼ੀ ਪਵਾ ਲੰਕਾ ਰਾਮੇਸ਼ਰ ਜੀ ਜੁਦਿਆ ਤੇ ਪੁਰੀ ਮਥਰਾ ਕਾਂਸੀ ਸੋਮੇਸ਼ਰ ਜੀ ਅੱਲਾ ਹੀ ਅੱਲਾ ਆ ਕੇ ਜਿਤਨੀ ਨਰ ਨਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਐ ਜ਼ਾਲਮ ਨੇ ਤੇਗ ਹਿੰਦ ਦੇ ਕਟਦਾਰ ਸੀ ਬਿਨਾ ਅਦਾਲਤ ਸਭ ਦੇ ਪਰੰਟ ਜੀ ਕੁਦਰਤ ਨੂੰ ਪੁੱਲ ਖੜੋਤਾ ਸਭ ਦਾ ਨਫਟੰਟ ਜੀ ਈਸ਼ਰ ਸਿਓਂ ਸਾਰਿਆਂ ਉੱਤੇ ਭਗਵਾਨ ਅਸਟੰਟ ਜੀ ਪੰਡਤ ਮਖਰਾਬ ਸੁਣਾਉਂਦੇ ਬਣ ਗਿਆ ਹੰਕਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਸੀਨੇ ਵਿੱਚ ਮਾਰੀ ਐ ਤੁਰਕਾਂ ਨੇ ਤੇਗ ਹਿੰਦ ਦੇ ਇੱਕ ਦਿਨ ਸਾਰੇ ਸੈਯਦ ਦੇ ਚਰਨੀ ਸਾਰੇ ਕਰ ਲੈਣ ਐਸ਼ ਜਹਾਨੀ ਚੰਗਾ ਤੂੰ ਮੇਰਾ ਕਿਆ ਨਾਮ ਦਾ ਗੁੰਜੇ ਕਰ ਮੇ ਤੇ ਪਾ ਤੋ ਪੁਰਾਨੀ ਚੰਡਾ ਚੂਲੇ ਅਸਾ ਨਾਮ ਦਾ ਆਖਾ ਹੋ ਜਾਣ ਕਰਵੇ ਫੈਸ਼ਨ ਦੇ ਨਵੇਂ ਤਜਰਬੇ ਬਰਸ਼ਾ ਦੇ ਬੂਟੇ ਫਰਵੇ ਬਰਸ਼ਾ ਦੇ ਬੂਟੇ ਫਰਵੇ ਕਰ ਲੂਗੀ ਐਸ਼ ਜਹਾਨੀ ਚੰਡਾ ਚੂਲੇ ਅਸਾ ਨਾਮ ਦਾ ਗੁੰਜੇ ਕਰ ਮਾਤ ਪਾ ਤੋ ਕਰਾਨੀ ਚੰਡਾ ਚੂਲੇ ਅਸਾ ਸਿੱਖੀ ਦਾ ਟੱਬਰ ਤੁਲਾ ਕਰ ਲੋ ਸਰਦਾਰ ਮਹੱਲਾ ਰੋਜੇ ਨਾ ਪਾਈ ਕੱਲਾ ਰੋਜੇ ਨਾ ਕੋਈ ਕੱਲਾ ਮਰਦਾ ਤੇ ਬਾਣਾ ਕਾ ਜਨਾਨੀ ਚੰਗਾ ਤੂੰ ਲੈ ਆਸਾ ਨਾ ਮਦਾ ਗੁੰਦੇ ਕਰਨੇ ਤੇ ਪਾ ਕੋ ਪੁਰਾਨੀ
ਮੁਸਲਮਾਨੀਆਂ ਦੇ ਮੇਹਰ ਭਰਿਆ ਹੱਥ ਧਰਦੇ ਆਸ਼ੀਰਵਾਦ ਬਖਸ਼ਦੇ ਸਰਦਾਰ ਜਗਜੀਤ ਸਿੰਘ ਜੀ ਲੋਕੋ, ਹੋਰ ਜਿੰਨੇ ਵੀ ਸੇਵਾਦਾਰ ਨਾਲ ਆਏ ਆ, ਜਥੇਦਾਰ ਨੀਲਾ ਸਿੰਘ, ਕਾਕਾ ਸਿੰਘ, ਕੁਲਵੰਤ ਸਿੰਘ ਤੇ ਸਰਪੰਚ ਦੋਨੋਂ ਬਾਰੇ, ਇਸੋ ਬਾਰੇ ਸਰਪੰਚ ਸਰਦਾਰ ਉਜਾਗਰ ਸਿੰਘ ਜੀ, ਇਹਨਾਂ ਸਭ ਨੇ ਆਸ਼ੀਰਵਾਦਾਂ ਵਰਸੀਆਂ, ਤਹਿ ਦਿਲੋਂ ਧੰਨਵਾਦ। ਸੋ ਪਿਆਰੇ ਸਵਾਮੀ ਜੀ ਮਹਾਰਾਜ ਦੇ ਦੀਵਾਨ ਜੀ, ਆਪ ਕੋ ਲੱਖ ਲੱਖ ਵਾਰ ਮੁਬਾਰਕ ਹੋਵੇ ਐਸੋ ਪ੍ਰਸੰਗ ਤੁਹਾਡੇ ਚਰਨਾਂ 'ਚ ਕਿਤੇ ਅਗਲੇ ਪ੍ਰੋਗਰਾਮਾਂ 'ਚ। ਹੁਣ ਸਾਰੀਆਂ ਗੁਰਸੰਗਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਵਾਮੀ ਜੀ ਮਹਾਰਾਜ ਦੀ ਅਮਰ ਕਥਾ ਹੰਸ ਸਰੋਤੇ ਹੋ ਕੇ ਸਰਵਣ ਕਰੋ, ਮਾਫੀ ਬਖਸ਼ੋ, ਬੁਲਾਓ ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ।